ਹਾਂਜੀ ਜੱਟ ਕਿੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਪੰਜਾਬ ਦੇ ਟੌਪ 5 ਸਿੰਗਰ ਜਿਨ੍ਹਾਂ ਦੇ ਗੀਤ 2020 ਵਿੱਚ ਸਭ ਤੋਂ ਜ਼ਿਆਦਾ ਸੁਨੇ ਜਾ ਰਹੇ ਹਨ ਅਤੇ ਸਭ ਤੋਂ ਜ਼ਿਆਦਾ ਲੋਕ ਇਹਨਾਂ ਨੂੰ ਹੀ ਪਸੰਦ ਕਰ ਰਹੇ ਜਾ ਰਹੇ ਹਨ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰੋ ਆਓ ਤੁਹਾਨੂੰ ਦਿਖਾਉਣੇ ਆ ਟੌਪ 5 ਸਿੰਗਰ ਹਾਂਜੀ ਸ਼ੁਰੂ ਕਰਦੇ ਹਾਂ ਨੰਬਰ 5 ਨੰਬਰ 5 ਤੇ ਹਨ ਜਿਨ੍ਹਾਂ ਨੇ ਹਜੇ ਪੰਜਾਬੀ ਇੰਡਸਟਰੀ ਵਿੱਚ ਸ਼ੁਰੂ ਆਏ ਹੀ ਹਨ ਅਤੇ ਉਹਨਾਂ ਦੇ ਤਿੰਨੋਂ ਗੀਤ ਸੁਪਰ ਹਿੱਟ ਹੋਏ ਹਨ ਬੂਟ ਕੱਟ 올ਡ ਸਕੂਲ ਅਤੇ ਜੱਟ ਹੁੰਨੇ ਆ ਆਓ ਤੁਹਾਨੂੰ ਨੰਬਰ 4 ਤੇ ਦਿਖਾਉਣੇ ਹਾਂ ਕਿਹੜਾ ਸਿੰਗਰ ਹੈ ਨੰਬਰ 4 ਤੇ ਹਾਂਜੀ ਨੰਬਰ 4 ਤਹਿਨ ਖਾਨ ਪੈਣੀ ਵਾਲਾ ਜਿਨ੍ਹਾਂ ਨੇ ਤਿੰਨ ਚਾਰ ਹੀ ਗੀਤ ਆਏ ਹਨ ਅਤੇ ਸਾਰੇ ਗੀਤ ਹੀ ਸੁਪਰ ਹਿੱਟ ਸਾਬਤ ਹੋਏ ਹਨ ਇਹਨਾਂ ਦਾ ਨੰਬਰ 4 ਹੈ 2020 ਵਿੱਚ ਹਾਂਜੀ ਤੁਹਾਨੂੰ ਦਿਖਾਉਣੇ ਹਾਂ ਨੰਬਰ 3 ਤੇ ਨੰਬਰ 3 ਤੇ ਹੈ ਗੀਤਾ ਦੀ ਮਸ਼ੀਨ ਕਰਨ ਅਗਲਾ ਜਿੰਨਾਂ ਦਾ ਸੇਕ ਕੀਤਾ ਹੁਣ ਸਪਰੇਟ ਸਾਬਤ ਹੋਇਆ ਹੈ ਇਹਨਾਂ ਦੀ ਪੋਜੀਸ਼ਨ ਹੈ ਨੰਬਰ 3 2020 ਵਿੱਚ ਹੁਣ ਦੋ ਪੋਜੀਸ਼ਨਾਂ ਬਾਕੀ ਰਹਿ ਗਈਆਂ ਹਨ ਨੰਬਰ 2 ਦੀ ਅਤੇ ਨੰਬਰ 1 ਦੀ ਇਹਨਾਂ ਵਿੱਚੋਂ ਦੋ ਸਿੰਗਰ ਆਉਂਦੇ ਹਨ ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਕਿਉਂਕਿ ਅੱਜ ਦੇ ਸਮੇਂ ਵਿੱਚ ਦੋਨਾਂ ਨੂੰ ਹੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਦੋਨਾਂ ਦੇ ਖਾੜਿਆਂ ਦਾ ਇਕੱਠ ਵੀ ਦੱਸ ਰਿਹਾ ਹੈ ਜਿਵੇਂ ਕਿ ਡਿੜਬੇ ਸੋ ਵਿੱਚ ਬਹੁਤ ਜ਼ਿਆਦਾ ਇਕੱਠ ਹੋਇਆ ਦੋਨੇ ਸਿੰਗਰਾਂ ਦਾ ਤੇ ਇਸ ਕਰਕੇ ਤੁਹਾਨੂੰ ਮੈਂ ਨਹੀਂ ਦੱਸਾਂਗਾ ਵੀ ਇਹਨਾਂ ਵਿੱਚੋਂ ਨੰਬਰ 1 ਅਤੇ ਨੰਬਰ 2 ਕੌਣ ਹੈ ਇਹ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਨੂੰ ਨੰਬਰ 1 ਸਿੰਗਰ ਬੱਬੂਆ ਲੱਗਦਾ ਹੈ ਜਾਂ ਸਿੱਧੂ ਮੂਸੇਵਾਲਾ ਜਿਸ ਦੇ ਸਿੰਗਰ ਦੇ ਸਭ ਤੋਂ ਜ਼ਿਆਦਾ ਕਮੈਂਟ ਹੋਏ ਉਸ ਨੂੰ ਆਪਾਂ ਇੱਕ ਸਪੈਸ਼ਲ ਵੀਡੀਓ ਬਣਾ ਕੇ ਨੰਬਰ 1 ਦਾ ਦਰਜਾ ਦੇ ਦੇਵਾਂਗੇ ਇਸ ਕਰਕੇ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਨੂੰ ਨੰਬਰ 1 ਸਿੰਗਰ ਕਿਹੜਾ ਲੱਗਦਾ ਹੈ ਅਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਨਾ ਅਤੇ ਜੱਟ ਕਿੰਗ ਟੀਵੀ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ